सत श्री अकाल दोस्तों, की हाल चाल? ठीक ठाक हो? मैं ओ ही दोस्तों ठीक ठाक हो, उम्मीद करते हैं तुसी बहुत वधिया होगे। कृपा होएगी परमात्मा दी तुहाडे ते। चन्न दी चाननी उत्ते बह के दो गल्लां करिए प्यार दियां, दो गल्लां करिए, दो गल्लां करिए। यार सुरां दा मेरा थोड़ा जा कम सुर उत्ते नीवे हो जाते हैं मेरे तो, पर चक्कर कोई नहीं, ये सुरां सारां दा तो मैं लिहाज ही नहीं करता। जदों अपनी आई ते आ गया उदों तां मैं बॉय मन्ने परन मन्ने कलाकारां दा कहिंदे ने बस। बॉय ਤੁਹਾਡੇ ਨਾਲ ਨਵੇਂ ਨਵੇਂ ਬਲੌਗ ਸਾਂਝੇ ਕਰਿਆ ਕਰਨੇ ਹੁਣ ਮੈਂ। ਸਤਿ ਸ਼੍ਰੀ ਅਕਾਲ ਦੋਸਤੋ, ਤੇ ਤੁਹਾਡੇ ਨਾਲ ਨਾ ਹੁਣ ਆਪਾਂ ਨਵੇਂ ਨਵੇਂ ਬਲੌਗਾਂ ਦੇ ਨਾਲ ਤੁਹਾਨੂੰ ਝੜੀ ਲਾ ਦੇਣੀ ਆ, ਤੇ ਆਪਾਂ ਬਲੌਗ ਦੇ ਵਿੱਚ ਤੁਹਾਡੇ ਨਾਲ ਇਸ ਲਹਿਜੇ ਨਾਲ ਆਣਾ ਜਿਹਦੇ ਨਾਲ ਤੁਸੀਂ ਵੀ ਸਮਝੋਗੇ ਯਾਰ ਇਹ ਬੰਦਾ ਗੁੱਡ ਹੋ ਗਿਆ। ਗੁੱਡ ਇੱਦਾਂ ਹੋਵਾਂਗੇ ਕਿ ਤੁਹਾਡੇ ਨਾਲ ਵੱਖ ਵੱਖ ਢੰਗ ਨਾਲ ਵੱਖ ਵੱਖ ਅਲੱਗ ਅਲੱਗ ਟ੍ਰੈਂਡਿੰਗ ਸਟੇਟਸ ਰੱਖ ਕੇ ਵਧੀਆ ਵਧੀਆ ਨੂੰ ਨਾ ਬਲੌਗ ਦੇਣੇ ਨੇ। ਕਿਸੇ ਨੇ ਉਹਨੂੰ ਸੀਰੀਅਸ ਤਾਂ ਲੈਣਾ ਨਹੀਂ, ਮੇਰੀ ਪਹਿਲੀ ਗੱਲ ਆ। ਜੇ ਕਿਸੇ ਨੇ ਲੈ ਲਿਆ ਸੀਰੀਅਸ ਫਿਰ ਆਪਣਾ ਹੀ ਖੂਨ ਸਾੜੋਗੇ, ਸਾਡਾ ਕੱਖ ਨਹੀਂ ਵਿਗਾੜ ਸਕਦੇ। ਆ ਜਾਓ ਫਿਰ, ਇਹ ਮੇਰੇ ਕੋਲ ਹੈ ਸੀਗੀ, ਜੇ ਮੈਨੂੰ ਲੱਭ ਗਈ ਨਾ ਮੈਂ ਝੜੀ ਲਾ ਦੇਣੀ ਅੱਜ ਤੁਹਾਨੂੰ। ਆ ਜਾਓ ਫਿਰ, ਇਹਦੇ ਸਿਆਣੀਆਂ ਸਿਆਣੀਆਂ ਵੀ ਗੱਲਾਂ ਹੋਣੀਆਂ ਤੇ ਚਿੱਲ ਵੀ ਹੋਣਾ। ਠੀਕ ਆ, ਕਹਿੰਦੇ ਕਿਸੇ ਦੇ ਕੱਪੜਿਆਂ ਕਾਰਨ ਕੋਈ ਦਰਵਾਜ਼ਾ ਖੋਲ ਤਾਂ ਜਾਵੇਗਾ ਪਰ ਉਹ ਖੁੱਲਾ ਉਸ ਦੇ ਸਿਆਣਪ ਨਾਲ ਹੀ ਰਹੇਗਾ। ਕਹਿਰ ਕਿਸੇ ਦੇ ਕੱਪੜਿਆਂ ਕਾਰਨ ਕੋਈ ਦਰਵਾਜ਼ਾ ਖੁੱਲ ਤਾਂ ਜਾਵੇਗਾ ਪਰ ਉਹ ਖੁੱਲਾ ਉਸਦੀ ਸਿਆਣਪ ਨਾਲ ਹੀ ਰਹੇਗਾ। ਸੋ ਦੋਸਤੋ, ਕਿੱਡਾ ਵੱਡਾ ਸ਼ਹਿਰ ਹੈ, ਪਰ ਗੱਲ ਇਹ ਆ ਕਿ ਤੁਸੀਂ ਸਮਝਣਾ ਜ਼ਰੂਰ ਆ ਕਿ ਇਹ ਹੈ ਕੀ ਅਸਲੀਅਤ। ਹੈਰਾਨ ਹੋਣ ਦੀ ਬਿਰਤੀ ਤੋਂ ਬਿਨਾਂ ਇਤਿਹਾਸ ਨਹੀਂ ਪੜ੍ਹਿਆ ਜਾ ਸਕਦਾ। ਤੇ ਦੋਸਤੋ ਦੇਖ ਲਓ, ਵੀ ਤੁਸੀਂ ਵੀ ਹੈਰਾਨ ਹੁੰਦੇ ਹੋਗੇ ਤੇ ਆਪਾਂ ਹੈਰਾਨ ਹੋਣ ਦੀ ਬਿਰਤੀ ਦੇ ਉੱਤੇ ਵੀ ਲਗਾਤਾਰ ਇੱਕ ਹੈਰਾਨ ਹੋਣ ਦੀ ਬਿਰਤੀ ਤੋਂ ਬਿਨਾਂ ਇਤਿਹਾਸ ਨਹੀਂ ਪੜ੍ਹਿਆ ਜਾ ਸਕਦਾ। ਜੋ ਨਿੱਕੀ ਜਿਹੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ ਤਾਂ ਇਸ ਨਾਲ ਗੱਲ ਦਾ ਹੀ ਨਹੀਂ ਤੁਹਾਡੇ ਆਕਾਰ ਦਾ ਵੀ ਪਤਾ ਲੱਗਦਾ ਹੈ। ਜੇ ਤੁਹਾਨੂੰ ਨਿੱਕੀ ਜਿਹੀ ਗੱਲ ਪਰੇਸ਼ਾਨ ਕਰਦੀ ਹੈ ਨਾ ਤਾਂ ਤੁਹਾਡੇ ਜਿਹੜੇ ਉਸ ਗੱਲ ਨਾਲ ਆਕਾਰ ਦਾ ਵੀ ਪਤਾ ਲੱਗ ਜਾਂਦਾ ਤੇ ਗੱਲ ਦਾ ਵੀ ਪਤਾ ਲੱਗ ਜਾਂਦਾ। ਇਹ ਬਿਲਕੁਲ ਬਹੁਤ ਵਧੀਆ ਇੱਕ ਆਲੋਚਨਾ ਆ, ਇਸ ਢੰਗ ਨਾਲ ਹੁੰਦਾ ਜ਼ਰੂਰ ਆ ਕਿ ਜਿੱਦਾਂ ਜੇ ਤੁਹਾਨੂੰ ਛੋਟੀ ਜਿਹੀ ਗੱਲ ਹੀ ਤੁਹਾਨੂੰ ਇਹ ਦਿਮਾਗ 'ਚ ਰਹਿਣੀ ਆ, ਹਾਏ ਉਹਦੀ ਟੈਨਸ਼ਨ ਰਹੂਗੀ, ਤਾਂ ਸਮਝ ਲਿਓ ਕਿ ਯਾਰ ਮੈਂ ਇਸ ਆਕਾਰ ਦਾ ਬੰਦਾ ਆ। ਗੱਲ ਦਾ ਤਾਂ ਸਾਨੂੰ ਪਤਾ ਲੱਗ ਹੀ ਜਾਣਾ ਕਿ ਇਸ ਬੰਦੇ ਨੇ ਇਸ ਚੀਜ਼ ਦੀ ਟੈਨਸ਼ਨ ਰੱਖੀ ਹੋਈ ਆ, ਪਰ ਉਹਦੇ ਨਾਲ ਉਹਦਾ ਸਟੇਟਸ ਵੀ ਪਤਾ ਲੱਗ ਜਾਣਾ ਵੀ ਇਹ ਬੰਦਾ ਇਸ ਸਟੇਟਸ ਦਾ ਬੰਦਾ ਹੈ। ਤੇ ਆਜੋ ਫਿਰ ਅਗਲੇ ਤੇ, ਸਿਆਣਪ ਇਹ ਜਾਣਨ ਵਿੱਚ ਹੈ ਕਿ ਕੀਤਾ ਕੀ ਕੀਤਾ ਜਾਵੇ, ਚਰਿੱਤਰ ਉਸਨੂੰ ਕਰਨ ਦੇ ਢੰਗ ਵਿੱਚ ਹੁੰਦਾ ਹੈ। ਸਿਆਣਪ ਜਿਹੜੀ ਆ ਉਹ ਇਹ ਸੋਚਣ 'ਚ ਆ ਵੀ ਕੀਤਾ ਕੀ ਜਾਵੇ, ਕੰਮ ਨੂੰ ਕਰਨਾ ਕਿੱਦਾਂ ਕੀਤਾ ਜਾਵੇ। ਚਰਿੱਤਰ ਉਸਨੂੰ ਕਰਨ ਦੇ ਢੰਗ ਨਾਲ ਹੁੰਦਾ ਹੈ ਵੀ ਜੇ ਤੁਹਾਡਾ ਜਿਹੜਾ ਕੰਮ ਆ ਉਹ ਤੁਸੀਂ ਇਸ ਹਿਸਾਬ ਨਾਲ ਕਰੋ, ਜਿਹੜਾ ਕੰਮ ਆ ਤੁਸੀਂ ਕਰ ਰਹੇ ਹੋ ਉਹਨੂੰ ਇਸ ਢੰਗ ਨਾਲ ਕਰੋ ਕਿ ਇਸ ਕੰਮ ਨੂੰ ਅਸੀਂ ਇਸ ਢੰਗ ਨਾਲ ਕਰਾਂਗੇ ਤੇ ਠੀਕ ਹੋ ਜਾਏਗਾ, ਤਾਂ ਫਿਰ ਉਸ ਤੋਂ ਅਸੀਂ ਦੂਜਾ ਬੰਦਾ ਅਨੁਭਵ ਲਗਾ ਲੈਂਦਾ ਕਿ ਇਸ ਬੰਦੇ ਨੇ ਇਹ ਕੰਮ ਨੂੰ ਇਸ ਤਰ੍ਹਾਂ ਕੀਤਾ, ਇਸ ਨਾਲ ਇਹ ਕੰਮ ਠੀਕ ਹੋ ਗਿਆ। ਇਹ ਵੀ ਅਲੱਗ ਤਜਰਬਾ ਦੋਸਤੋ ਤੁਹਾਡੇ ਨਾਲ ਸਾਂਝਾ ਕੀਤਾ। ਆਜੋ ਆਪਾਂ ਤੀਜਾ ਪਾਰਟ ਇੱਕ ਹੋਰ ਸੁਣਦੇ ਹਾਂ। ਮਨੁੱਖ ਕੋਲ ਇਤਨਾ ਗਿਆਨ ਕਦੇ ਵੀ ਨਹੀਂ ਹੁੰਦਾ ਕਿ ਉਹ ਆਪਣੀਆਂ ਅਗਿਆਨਤਾ ਮੰਨ ਲੈ। ਕਿਆ ਬਾਤ ਹੈ, ਇਹ ਵੀ ਬਹੁਤ ਸੱਚੀ ਸੁੱਚੀ ਗੱਲ ਆ। ਸਾਡੇ ਕੋਲ ਇੰਨਾ ਗਿਆਨ
इन्ना ज्ञान नहीं हो सकता कि असि यार अपनिया अज्ञानता मान ली है इन्ना अपना को ज्ञान कित्थे आ भी ये साडे को गलती हुई आ इन्ना ज्ञान नहीं हो ये भी ज्ञान जे हो जाए बंदे नू तो रब बन सकता मेरा ख्याल ये सही आ कि नहीं सही ये तुसी दसना हूँ ते आजो फिर अगले को जिस सच बोलन नाल लोग भड़क उठते हैं वो सच नहीं हुंदा लोग सच नाल नहीं भड़कते बोलन वाले दे हंकार कारण भड़कते क्या बात है बहुत बढ़िया भी जिस जे तुसी सच किसी नूं सुनाया ते उहदे नाल लोग भड़क उठे ते वह सच नहीं मन्निया जांदा हुण तुसी दसना इहदा मैनूं नहीं पता लगा जदों असी किसी पत्थर नूं मूर्ति कहिंदे आ तां उह पत्थर नहीं रहिंदी क्या बात है जे आपां कोई पत्थर आ उहनूं पूजदे आ उहनूं मूर्ति कह दिंदे आ तां उह मूर्ति बन जांदी उह पत्थर नहीं रहिंदी ये भी एक सच कह लो ये रियलिटी है मैं इस नाल मैनूं ये लगता है कि ये गल सही है ठीक है ना जिंदगी विच जो करन दी मनाही हुंदी है कला दे खेतर विच ओ करन दी खुल हुंदी है जिस बंदे ने प्यार नहीं किया वो अरदास भी नहीं कर सके दोस्तों प्यार करिया करो राजनीति दी दिलचस्पी सच विच नहीं राजनीति दी दिलचस्पी सच विच नहीं हुकूमत विच हुंदी है राजनीति दी दिलचस्पी सच विच नहीं हुकूमत विच हुंदी है जो हाकमां वालों हुकूमत अपने हाथ विच रखन लई जो जनता सुनना चाहती है हाकमां वालों वो बोलिया जाता है ये दोस्तों रियलिटी है ये नाल आपां नहीं कुछ भी समझौता ये गल तो बिल्कुल सच आ भी जिहड़े राजनीति लोग हुंदे आ ना वो दिलचस्पी सच विच नहीं हुकूमत विच हुंदी आ बिल्कुल राजनीति दी दिलचस्पी सच विच नहीं हुकूमत विच हुंदी है क्योंकि हाकम जिहड़े ने ना वो जनता नाल वो गल करदे ने जिहड़ी लोग सुनना चाहुंदे हुण इसे तरह वो राज करदे जिहड़ा बंदा कुदरत दे खिलाफ आना उहनू परमात्मा भी राजी नहीं कर सकता ते सो कुदरत जिहड़ी आ ਇਹਦੇ ਅਕੋਰਡਿੰਗ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਜੋ ਕੁਦਰਤ ਕਰਦੀ ਹੈ ਉਹ ਸਹੀ ਕਰਦੀ ਹੈ ਇਹ ਮਨ ਦੇ ਵਿੱਚ ਧਿਆਨ ਲੈਣਾ ਚਾਹੀਦਾ ਵਕਤ ਸਿਰ ਵਿਖਾਈ ਅਕਲ ਸਿਆਣਪ ਕਹਿੰਦੇ ਆ ਜੇ ਵਕਤ ਦੇ ਉੱਤੇ ਤੁਸੀਂ ਆਪਣੀ ਅਕਲ ਦਿਖਾਤੀ ਨਾ ਉਸਨੂੰ ਸਿਆਣਪ ਕਹਿਣਾ ਆ ਸਾਰਿਆਂ ਨੇ ਸੋ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਫਿਰ ਇੱਕ ਵਾਰ ਲਾਈਵ ਆਵਾਂਗੇ ਤੇ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਦਾ ਫਿਰ ਸਿਲਸਿਲਾ ਸ਼ੁਰੂ ਕਰਾਂਗੇ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਤੋਂ ਆ ਕੇ ਤੁਸੀਂ ਕੋਈ ਵੀ ਇਹ ਸਾਡਾ ਜਿਹੜਾ ਪਾਰਟ ਆ ਇਹ ਸਾਡਾ ਜਿਹੜਾ ਐਪੀਸੋਡ ਆ ਜੋ ਗੱਲਾਂ ਬਾਤਾਂ ਦੀ ਸਾਂਝ ਆ ਇਹ ਆਪਾਂ ਮੁੱਕਣ ਨਹੀਂ ਦੇਣੀ ਹੁਣ ਇਹਦੀ ਲੈ ਬੰਨਣੀ ਆ ਇਹ ਸਿਰੇ ਤੱਕ ਜਾਣੇ ਚਾਹੀਦੇ ਆ ਦਿਲ ਤੱਕ ਉਤਰਨੇ ਚਾਹੀਦੇ ਆ ਫਿਰ ਟਿਕਾ ਕੇ ਮਜ਼ੇ ਲਵਾਂਗੇ ਤੇ ਦੋਸਤੋ ਤੁਸੀਂ ਇਸ ਲਾਈਵ ਨਾਲ ਜੇ ਜੁੜਨਾ ਹੋਇਆ ਨਾ ਤੇ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨਾ ਨੰਬਰ ਮੈਂ ਦਊਂਗਾ ਤੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦੇ ਉੱਤੇ ਕਾਲ ਕਰਿਓ ਤੇ ਮੇਰੇ ਨਾਲ ਸੰਪਰਕ ਕਰਿਓ ਆਪਾਂ ਸਿੱਧਾ ਸਿੱਧਾ ਗੱਲਬਾਤ ਕਰਾਂਗੇ ਚੈਨਲ ਤੇ ਤੁਹਾਡੀ ਵੀਡੀਓ ਆਪਾਂ ਢੰਗ ਨਾਲ ਚਲਾਵਾਂਗੇ ਸਿਰਾ ਲਾ ਕੇ ਉਹਦੇ ਨਾਲ ਕੀ ਹੋਣਾ ਉਹ ਵੀ ਦੱਸਾਂਗੇ ਆਪਾਂ ਮਜ਼ੇ ਲੈਣੇ ਮਜ਼ੇ ਜ਼ਿੰਦਗੀ ਦੇ ਖੜਕਾ ਦੇਣੀਆਂ ਵੀਡੀਓ ਹੁਣ ਮੈਂ ਦਲੇਰੀ ਨਾਲ ਆ ਗਿਆ ਹੁਣ ਆਪਾਂ ਟੱਕਰਾਂਗੇ ਯੂਟਿਊਬ ਨੂੰ ਸਾਹਮਣੇ ਠੀਕ ਆ ਜੀ ਓਕੇ ਫਿਰ ਧੰਨਵਾਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ